ਖਬਰ ਦਾ ਰੁਕ ਕਰਾਂਗੇ। ਫਰੀਦਕੋਟ ਤੋਂ ਵੱਡੀ ਖਬਰ ਆ ਰਹੀ ਹੈ ਜਿੱਥੇ ਕੇਂਦਰੀ ਮਾਡਰਨ ਜੇਲ੍ਹ ਦੇ ਵਿੱਚ ਮਹਿਲਾ ਤੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਜੇਲ੍ਹ ਦੇ ਵਿੱਚ ਬੰਦ ਆਪਣੇ ਮੁੰਡੇ ਦੇ ਨਾਲ ਮੁਲਾਕਾਤ ਕਰਨ ਦੇ ਲਈ ਮਹਿਲਾ ਆਈ ਸੀ ਔਰ ਨਾਲ ਨਸ਼ਾ ਲੈ ਕੇ ਆ ਗਈ। ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਦੇ ਦੌਰਾਨ ਮਹਿਲਾ ਤੋਂ ਨਸ਼ਾ ਬਰਾਮਦ ਕੀਤਾ। ਪੁਲਿਸ ਨੇ NDPS ਐਕਟ ਤਹਿਤ ਪਰਚਾ ਦਰਜ ਕੀਤਾ। ਜਾਂਚ ਫਿਲਹਾਲ ਜਾਰੀ ਹੈ। ਮੋਗੇ ਦੀ ਰਹਿਣ ਵਾਲੀ ਇਹ ਮਹਿਲਾ ਦੱਸੀ ਜਾ ਰਹੀ ਹੈ, ਪਰ ਜੇਲ੍ਹ ਪ੍ਰਸ਼ਾਸਨ ਦੇ ਸਵਾਲ ਉੱਠਣੇ ਲਾਜ਼ਮੀ ਨੇ ਕਿ ਆਖਰਕਾਰ ਨਸ਼ੀਲਾ ਪਦਾਰਥ ਜੇਲ੍ਹ ਦੇ ਵਿੱਚ ਲੈ ਕੇ ਕਿਵੇਂ ਚਲੀ ਗਈ, ਕਿਉਂਕਿ ਜਦੋਂ ਵੀ ਕਿਸੇ ਕੈਦੀ ਨੂੰ ਉਸਦੇ ਰਿਸ਼ਤੇਦਾਰ ਜਾਂ ਫਿਰ ਹੋਰ ਉਹਨਾਂ ਦੇ ਦੋਸਤ ਮਿੱਤਰ ਮਿਲਣ ਜਾਂਦੇ ਨੇ ਤਾਂ ਬਕਾਇਦਾ ਚੈਕਿੰਗ ਤੋਂ ਬਾਅਦ ਹੀ ਉਹਨਾਂ ਨੂੰ ਮਿਲਾਇਆ ਜਾਂਦਾ ਹੈ। ਤਾਂ ਇਹ ਫਰੀਦਕੋਟ ਜੇਲ੍ਹ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਦੇ ਵਿੱਚ, ਕਿਉਂਕਿ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ। ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਵਿੱਚੋਂ ਮਹਿਲਾ ਨਸ਼ੀਲਾ ਪਦਾਰਥ ਲੈ ਕੇ ਆਈ ਸੀ। ਜੇਲ੍ਹ ਦੇ ਵਿੱਚ ਉਸਦਾ ਮੁੰਡਾ ਬੰਦ ਹੈ ਔਰ ਉਸਦੇ ਨਾਲ ਮੁਲਾਕਾਤ ਕਰਨ ਦੇ ਲਈ ਜਦੋਂ ਆਈ ਤਾਂ ਨਾਲ ਨਸ਼ਾ ਲੈ ਕੇ ਆਈ ਹੈ। ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਦੇ ਦੌਰਾਨ ਹਾਲਾਂਕਿ ਨਸ਼ਾ ਬਰਾਮਦ ਕੀਤਾ ਹੈ, ਪਰ ਡਰ ਕਿਉਂ ਨਹੀਂ? ਆਖਿਰਕਾਰ ਲੋਕਾਂ ਦੇ ਵਿੱਚ ਕਿਉਂ ਡਰ ਨਹੀਂ ਹੈ ਕਿ ਨਸ਼ੀਲਾ ਪਦਾਰਥ ਲੈ ਕੇ ਜੇਲ੍ਹਾਂ ਦੇ ਵਿੱਚ ਪਹੁੰਚ ਜਾਂਦੇ ਨੇ? ਤਾਂ ਪੁਲਿਸ ਨੇ ਫਿਲਹਾਲ NDPS ਐਕਟ ਤਹਿਤ ਮਾਮਲਾ ਜਿਹੜਾ ਦਰਜ ਕਰ ਲਿਆ। ਜਾਂਚ ਜਾਰੀ ਹੈ। ਮੋਗਾ ਦੀ ਰਹਿਣ ਵਾਲੀ ਇਹ ਮਹਿਲਾ ਦੱਸੀ ਜਾ ਰਹੀ ਹੈ। ਜ਼ਿਆਦਾ ਜਾਣਕਾਰੀ ਦੀ ਸਾਂਝ ਪਾਉਣ ਵਾਸਤੇ ਮੇਰੇ ਨਾਲ ਮੇਰੇ ਸਹਿਯੋਗੀ ਨਰੇਸ਼ ਸੇਠੀ ਫੋਨ ਲਾਈਨ 'ਤੇ ਮੇਰੇ ਸਹਿਯੋਗੀ ਨੇ ਜੁੜ ਚੁੱਕੇ ਨੇ, ਉਹਨਾਂ ਤੋਂ ਰੁੱਕ ਕਰਾਂਗੇ। ਨਰੇਸ਼, ਕੀ ਕੁਝ ਅਪਡੇਟ ਹੈ? ਦੇਖੋ, ਜੇਲ੍ਹ ਪ੍ਰਸ਼ਾਸਨ 'ਤੇ ਵੀ ਸਵਾਲ ਉੱਠਣੇ ਲਾਜ਼ਮੀ ਨੇ ਔਰ ਲੋਕਾਂ ਦੇ ਮਨਾਂ ਦੇ ਵਿੱਚ ਡਰ ਕਿਉਂ ਨਹੀਂ ਕਿ ਆਖਿਰਕਾਰ ਜੇਲ੍ਹ ਦੇ ਵਿੱਚ ਕਿਵੇਂ ਇੰਨਾ ਨਸ਼ਾ ਲੈ ਕੇ ਪਹੁੰਚ ਜਾਂਦੇ ਨੇ? ਬਿਲਕੁਲ ਰਮਨੀਤ, ਦੱਸ ਦਈਏ ਕਿ ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਇੱਕ ਬੰਦ ਹਵਾ ਲਾਕੀ ਨੂੰ ਉਸਦੀ ਮਾਂ ਜਦੋਂ ਮੁਲਾਕਾਤ ਕਰਨ ਲਈ ਆਈ ਤਾਂ ਉਸਦੇ ਸਮਾਨ ਦੇ ਵਿੱਚ 10 ਗ੍ਰਾਮ ਨਸ਼ੀਲਾ ਪਾਊਡਰ ਜਿਹੜਾ ਛੁਪਾ ਕੇ ਰੱਖਿਆ ਸੀ, ਜਿਹੜਾ ਕਿ ਆਪਣੇ ਬੇਟੇ ਨੂੰ ਅੰਦਰ ਪਹੁੰਚਾਉਣਾ ਚਾਹੁੰਦੀ ਸੀ। ਜਦ ਉਸ ਮਹਿਲਾ ਦੇ ਸਮਾਨ ਦੀ ਤਲਾਸ਼ੀ ਗਈ ਤਾਂ ਉਸ ਤਲਾਸ਼ੀ ਦੇ ਦੌਰਾਨ ਇਹ ਜਿਹੜਾ 10 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਥਾਣਾ ਸਿਟੀ ਵਿੱਚ ਜਿਹੜਾ ਮਾਮਲਾ ਦਰਜ ਕੀਤਾ ਗਿਆ ਮਹਿਲਾ ਦੇ ਖਿਲਾਫ਼, ਔਰ ਦੱਸਦੀ ਕਿ NDPC ਐਕਟ ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਔਰ ਜਿਹੜੀ ਲੇਡੀ ਨੂੰ ਵੀ ਹੈ ਜਿਹੜਾ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਿਸ ਜਿਹੜੀ ਅਗਲੀ ਕਾਰਵਾਈ ਕਰ ਰਹੀ ਹੈ। ਦੱਸਦੀ ਕਿ ਮੁਲਾਕਾਤ ਕਰਨ ਦੇ ਜਦੋਂ ਸਮਾਂ ਮਿਲਿਆ ਸੀਗਾ ਤਾਂ ਉਸ ਤੋਂ ਮੁਲਾਕਾਤ ਦੇ ਦੌਰਾਨ ਕੁਝ ਸਮਾਨ ਜਿਹੜਾ ਆਪਣੇ ਬੇਟੇ ਨੂੰ ਫੜਾਉਣਾ ਚਾਹੁੰਦੀ ਸੀ ਔਰ ਉਸੇ ਸਮਾਨ ਦੇ ਵਿੱਚ ਹੀ ਜਿਹੜਾ ਨਸ਼ੀਲਾ ਪਾਊਡਰ ਛੁਪਾਇਆ ਹੋਇਆ ਜਿਹੜਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਤਲਾਸ਼ੀ ਦੇ ਦੌਰਾਨ ਫੜਿਆ ਗਿਆ। ਜੀ ਸਰ, ਤਾਂ ਠੀਕ ਹੈ, ਕੀ ਇਸ ਬਾਰੇ ਕੋਈ ਅਪਡੇਟ ਹੈ ਕਿ ਉਸਦਾ ਮੁੰਡਾ ਕਿਹੜੇ ਕੇਸ ਦੇ ਵਿੱਚ ਅੰਦਰ ਬੰਦ ਹੈ? ਟ੍ਰਾਇਲ ਹੈ, ਇੱਕ ਲੜਾਈ ਝਗੜੇ ਦੇ ਮਾਮਲੇ ਵਿੱਚ ਜਿਹੜਾ ਅੰਦਰ ਜੇਲ੍ਹ ਦੇ ਅੰਦਰ ਹੈ ਉਹ ਅੰਡਰ ਟ੍ਰਾਇਲ ਹੈ ਔਰ ਇਸੇ ਮਾਮਲੇ ਦੇ ਬਾਅਦ 'ਚ ਜਿਹੜੇ ਇਸ ਲਈ ਬੇਟੇ ਦੀ ਜਿਹੜੀ ਆਪਣੀ ਮੁਲਾਕਾਤ ਲਈ ਇਹ ਮਦਰ ਆਈ ਸੀਗੀ ਔਰ ਮੋਗਾ ਦੀ ਰਹਿਣ ਵਾਲੀ ਇਹ ਮਹਿਲਾ ਜਿਹੜੀ ਆਪਣੇ ਬੇਟੇ ਨੂੰ ਮੁਲਾਕਾਤ ਕਰਨ ਲਈ ਆਈ ਸੀ ਤਾਂ ਉਸ ਤੋਂ ਬਾਅਦ ਉਸ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਸੀਗੀ ਕਿ ਆਪਣੇ ਬੇਟੇ ਨੂੰ ਜਿਹੜਾ ਨਸ਼ੀਲਾ ਪਾਊਡਰ ਜਿਹੜਾ ਉੱਥੇ ਤੱਕ ਪਹੁੰਚਾਇਆ ਜਾਵੇ। ਜੀ